ਵੀ ਸਾਡੀ ਮੀਟਿੰਗ ਹੋਈ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਉਹਦੇ ਚ ਮੁੱਖ ਤੌਰ ਤੇ ਜਿਹੜਾ ਕੇਂਦਰ ਨੇ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕਰਤੀਆਂ ਕੁਝ ਦਿਨਾਂ ਤੋਂ ਉਹਦੇ ਸੰਬੰਧ ਵਿੱਚ ਸਾਡੀ ਮੀਟਿੰਗ ਸੀ ਜਾਨੀ ਮੰਤਰੀਆਂ ਦਾ ਇਹ ਕਹਿਣਾ ਸੀ ਵੀ ਜਿਹੜੀਆਂ ਕੇਂਦਰ ਨੇ ਮਾਲ ਗੱਡੀਆਂ ਬੰਦ ਕੀਤੀਆਂ ਨੇ ਉਹ ਤੁਸੀਂ ਟਰੈਕਾਂ ਤੇ ਆ ਗਏ ਉਹ ਛੋਟੇ ਕਰਕੇ ਬੰਦ ਕੀਤੀਆਂ ਨੇ ਜਾਨੀ ਇਸ ਗੱਲ ਤੇ ਅੱਜ ਸਾਡੀ ਮੀਟਿੰਗ ਸੀ ਇਸ ਗੱਲ ਤੇ ਸਾਡੀ ਬਹਿਸ ਹੋਈ ਹੈ ਕਿ ਜਿਹੜੀਆਂ ਕੇਂਦਰ ਨੇ ਮਾਲ ਗੱਡੀਆਂ ਉਹ ਕੇਂਦਰ ਨੇ ਇੱਕ ਬਹਾਨਾ ਬਣਾਇਆ ਅਸੀਂ ਕੋਈ ਟਰੈਕ ਨਹੀਂ ਰੋਕੀ ਹੋਈ ਅਸੀਂ ਤਾਂ 13 ਅਕਤੂਬਰ ਨੂੰ ਰੇਲਾਂ ਦੀਆਂ ਲਾਈਨਾਂ ਬੇਲੀਆਂ ਕਰਕੇ ਆ ਗਏ ਸਾਡੀ ਜਥੇਬੰਦੀ ਦਾ ਇਹ ਰੇਲਾਂ ਦੀਆਂ ਲਾਈਨਾਂ 'ਤੇ ਕੋਈ ਬੰਦਾ ਨਹੀਂ ਹੈ ਅਸੀਂ ਤਾਂ ਥਰਮਲ ਪਲਾਂਟਾਂ ਦਾ ਘਰਾਓ ਆ ਜਿਹੜਾ ਪਹਿਲਾਂ ਤੋਂ ਰੱਖਿਆ ਹੋਇਆ ਸਾਡਾ ਕਾਰਪੋਰੇਟ ਘਰਾਣਿਆਂ ਦੇ ਘਰਾਂ ਦਾ ਸ਼ੋਪਿੰਗ ਮਾਲਾਂ ਦਾ ਗੋਦਾਮਾਂ ਦਾ ਟੋਲ ਪਲਾਜ਼ਿਆਂ ਦਾ ਉਹ ਜਿਹੜੇ ਧਰਨੇ ਸਾਡੇ ਚੱਲ ਰਹੇ ਨੇ ਉਹਦੇ ਤਹਿਤ ਹੀ ਸਾਡਾ 2 ਥਰਮਲ ਪਲਾਂਟਾਂ ਦੇ ਮੂਹਰੇ ਇਸੇ ਤਰ੍ਹਾਂ ਘਰਾਓ ਚੱਲ ਰਹੇ ਸੀ ਇਸ ਕਰਕੇ ਸਾਡਾ ਸਿਰਫ ਉਹਨਾਂ ਦੀਆਂ ਪਰਸਨਲ ਕੋਲਾ ਗੱਡੀਆਂ ਰੋਕੀਆਂ ਹੋਈਆਂ ਨੇ ਟਰੈਕਾਂ 'ਤੇ ਸਾਡਾ ਕੋਈ ਬੰਦਾ ਨਹੀਂ ਟਰੈਕ ਵਿਹਲੇ ਨੇ ਇਸ ਗੱਲ 'ਤੇ ਸਾਡੀ ਉਹਨਾਂ ਨਾਲ ਬਹਿਸ ਹੋਈ ਪਰਸਨਲ ਜਿਹੜੀਆਂ ਪਲਾਂਟਾਂ ਨੂੰ ਜਾਂਦੀਆਂ ਕੋਲਾ ਸਪਲਾਈ ਕਰਦੀਆਂ ਨੇ ਉਹ ਗੱਡੀਆਂ ਰੇਲਵੇ ਲਾਈਨਾਂ ਤੋਂ ਅੱਡ ਉਹਨਾਂ ਦੀਆਂ ਪਰਸਨਲ ਲਾਈਨਾਂ ਕੱਢੀਆਂ ਹੋਈਆਂ ਨੇ ਉਹਨਾਂ 'ਤੇ ਸਾਡੇ ਇੱਕ ਬਣਨ ਵਾਲੀ ਥਰਮਲ ਪਲਾਂਟ ਹੈ ਦੂਜਾ ਰਾਜਪੁਰਾ ਥਰਮਲ ਪਲਾਂਟ ਗੱਲਬਾਤ ਟੁੱਟਣ ਟੁੱਟਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਇਹ ਸਮਝਣ ਸਮਝਾਉਣ ਵਾਲੀ ਗੱਲ ਸੀ ਉਹਨਾਂ ਨੂੰ ਅਸੀਂ ਆਪਣੀ ਗੱਲ ਚਾਹੀਏ ਵੀ ਜਿਹੜੀ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਟਰੈਕ ਕਰਦੇ ਹਾਂ ਬਿਲਕੁਲ ਨਹੀਂ ਇਹ ਦੋਸ਼ ਹੈ ਇਹ ਜਿਹੜਾ ਕੇਂਦਰ ਨੇ ਬਹਾਨਾ ਲਾਇਆ ਕੇਂਦਰ ਦਾ ਬਹਾਨਾ ਬੇਬੁਨਿਆਦ ਹੈ ਸਾਰੀਆਂ ਰੇਲਾਂ ਖਾਲੀ ਨੇ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਪਲੇਟਫਾਰਮਾਂ 'ਤੇ ਬੈਠੇ ਨੇ ਟਰੈਕ ਉਹਨਾਂ ਦੇ ਖਾਲੀ ਛੱਡੇ ਹੋਏ ਨੇ ਉਹਨਾਂ ਵੱਲੋਂ ਵੀ ਕੋਈ ਰੇਲ ਗੱਡੀਆਂ ਰੋਕੀਆਂ ਨਹੀਂ ਹੋਈਆਂ ਇਹ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਇੱਕ ਬਹਾਨਾ ਬਣਾਇਆ ਪੰਜਾਬ ਦੇ ਐਜੀਟੇਸ਼ਨ ਨੂੰ ਫੇਲ ਕਰਨ ਦੀ ਖਾਤਰ ਇੱਥੋਂ ਦੇ ਲੋਕਾਂ ਦੀ ਸਪਲਾਈ ਬੰਦ ਕਰਕੇ ਪੰਜਾਬ ਦਾ ਇੱਕ ਕਿਸਮ ਦਾ ਬਾਈਕਾਟ ਕੀਤਾ ਹੈ ਜਿਹਦੀ ਨਿਖੇਧੀ ਕਰਦੇ ਹਾਂ ਦੇਖੋ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਤਾਂ ਪਤਾ ਹੈ ਵੀ ਅਸੀਂ ਬੈਠੇ ਹਾਂ ਉਹ ਕਹਿੰਦੇ ਵੀ ਸਰਕਾਰ ਨੇ ਬਹਾਨਾ ਹੀ ਇਹ ਬਣਾਇਆ ਅਸਲ ਵਿੱਚ ਪੰਜਾਬ ਸਰਕਾਰ ਨੂੰ ਵੀ ਕੋਈ ਭੁਲੇਖਾ ਨਹੀਂ ਸਾਨੂੰ ਵੀ ਕੋਈ ਭੁਲੇਖਾ ਨਹੀਂ ਕਿਉਂਕਿ ਮੋਦੀ ਸਰਕਾਰ ਦੇ ਜਿਹੜੇ ਇਹ 2 ਵੱਡੇ ਪਲਾਂਟ ਨੇ 2 ਵੱਡੇ ਮਾਲਕ ਨੇ ਕਾਰਪੋਰੇਟ ਵਿਧਾਨਤਾ ਵਰਗੇ ਇਹਨਾਂ ਦੇ ਜਦੋਂ ਅਸੀਂ ਥਰਾਂ ਦੇ ਮੂਹਰੇ ਇਹਨਾਂ ਦੀ ਕੋਲਾ ਸਪਲਾਈ ਬੰਦ ਕੀਤੀ ਉੱਥੋਂ ਚੀਜ਼ ਪਈ ਆ ਮੋਦੀ ਸਾਹਿਬ ਨੂੰ ਉਹ ਰੜਕ 'ਚੋਂ ਸਾਰੀ ਗੱਲ ਉਹਨੇ ਸਾਨੂੰ ਦੋਸ਼ੀ ਦੋਸ਼ ਸਾਰਾ ਸਾਡੇ 'ਤੇ ਮੜ ਕੇ ਜਾਨੀ ਇਹ ਗੱਲ ਨਹੀਂ ਵੀ ਉਹਨਾਂ ਨੂੰ ਕੋਈ ਰੇਲਾਂ ਚੱਲ ਨਹੀਂ ਰਹੀਆਂ ਪਹਿਲਾਂ ਰੇਲਾਂ ਚੱਲ ਹੀ ਰਹੀਆਂ ਸੀ 2 ਦਿਨ ਚੱਲੀਆਂ ਨੇ ਉਸ ਵੇਲੇ ਜਿਹੜੇ ਇਹ ਬਹਾਨਾ ਬਣਾਇਆ ਇਹ ਤਾਂ ਇਹ ਨਹੀਂ ਵੀ ਉਹਨਾਂ ਨੂੰ ਵੀ ਗੱਡੀਆਂ ਕੋਈ ਚੱਲ ਨਹੀਂ ਸਕਦੀਆਂ ਟਰੈਕ ਖਾਲੀ ਪਏ ਆ ਉਹਨਾਂ ਨੇ ਤਾਂ ਉਹਨੂੰ ਉਹਦੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਸੀ ਉਹਨਾਂ ਦਾ ਹੇਜ ਪਿਆਰ ਮਾਰਦਾ ਸੀ ਉਹਨਾਂ ਦੇ ਹੇਜ 'ਚ ਉਹਨਾਂ ਨੇ ਪੰਜਾਬ ਦਾ ਬਾਈਕਾਟ ਕਰਕੇ ਰੇਲਾਂ ਬੰਦ ਕੀਤੀਆਂ ਨੇ ਹੋਰ ਕੋਈ ਰੇਲਾਂ ਨੂੰ ਕੋਈ ਟਰਾਵਲ ਨਹੀਂ ਰਿਹਾ ਚੱਲ ਸਕਦੇ ਬੰਦ ਕਰ ਦੋਗੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਸਰਕਾਰ ਨੇ ਅਪੀਲ ਕੀਤੀ ਅਸੀਂ ਕਿਹਾ ਵੀ ਅਸੀਂ ਥਰਮਲ ਪਲਾਂਟਾਂ ਦੇ ਕੋਲਾ ਸਪਲਾਈ ਰੋਕੀ ਹੋਈ ਹੈ ਕਾਰਪੋਰੇਟ ਘਰਾਣੇ ਦੇ ਵੱਡੇ ਤੁਸੀਂ ਜਿਹੜੀ ਬਿਜਲੀ ਦੀ ਸਪਲਾਈ ਹੈ ਕੋਲੇ ਦੀ ਸਪਲਾਈ ਹੈ ਜਿਹੜੇ ਪਾਵਰ ਪਲਾਂਟ ਆਪਣੇ ਸਰਕਾਰੀ ਨੇ ਉਹਨਾਂ ਪਲਾਂਟਾਂ ਨੂੰ ਚਲਾਓ ਥਰਮਲ ਪਲਾਂਟ ਰੋਪੜ ਹੈ ਥਰਮਲ ਪਲਾਂਟ ਲਹਿਰਾ ਮੁਹੱਬਤ ਹੈ ਥਰਮਲ ਪਲਾਂਟ ਬਠਿੰਡਾ ਹੈ ਜਿਹੜੇ ਵੀ ਜ਼ਮੀਨ ਤੁਸੀਂ ਵੇਚਣ ਦੇ ਇਹਨਾਂ ਨੇ ਬੰਦ ਕੀਤੇ ਹੋਏ ਨੇ ਉਹ ਪਲਾਂਟਾਂ ਨੂੰ ਮੁੜ ਕੇ ਚਲਾਓ ਉਹਨਾਂ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਕੰਮ ਦਿਓ ਸਾਡੀ ਤਾਂ ਉਹ ਅਸੀਂ ਤਾਂ ਉਹਨਾਂ ਨੂੰ ਇਹ ਗੱਲ ਆਪਣੀ ਰੱਖ ਕੇ ਆਏ ਹਾਂ ਵੀ ਤੁਸੀਂ ਆਪਣੇ ਸਰਕਾਰੀ ਪਲਾਂਟ ਚਲਾਓ ਅਤੇ ਇਹ ਪਲਾਂਟਾਂ ਦੇ ਵਿੱਚ ਸਾਡੀ ਜਿਹੜੀ ਇਹ ਧਰਨਾ ਜਾਰੀ ਰਹੂ ਦੇਖੋ ਪਲੇਟਫਾਰਮਾਂ 'ਤੇ ਸਾਡਾ ਕੋਈ ਨਹੀਂ ਦੂਜਿਆਂ ਜਥੇਬੰਦੀਆਂ ਦੇ ਬੰਦੇ ਬੈਠੇ ਆ ਪਲੇਟਫਾਰਮਾਂ 'ਤੇ ਬੈਠੇ ਆ ਉਹਨਾਂ ਨੇ ਕੋਈ ਰੇਲ ਨਹੀਂ ਰੋਕੀ ਹੋਈ ਉਹਨਾਂ ਨੇ ਪੈਸੰਜਰ ਗੱਡੀਆਂ ਵਾਲਾ ਮਸਲਾ ਰੱਖਿਆ ਹੋਇਆ ਪੈਸੰਜਰ ਗੱਡੀਆਂ ਵੈਸੀ ਬੰਦ ਨੇ ਕਦੇ ਆਈਆਂ ਨਹੀਂ ਅਤੇ ਮਾਲ ਗੱਡੀਆਂ ਵਾਸਤੇ ਉਹ ਜਥੇਬੰਦੀਆਂ ਵੀ ਕੋਈ ਰੁਕਾਵਟ ਨਹੀਂ ਬਣੀਆਂ ਹੋਈਆਂ ਇਹ ਤਾਂ ਕੇਂਦਰ ਦਾ ਬਹਾਨਾ ਕੇਂਦਰ ਇਹ ਵੀ ਕਹਿ ਰਿਹਾ ਕਿ ਉਹਨਾਂ ਦੇ ਜਿਹੜੇ ਰੇਲਵੇ ਕਰਮਚਾਰੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਾਨ ਦਾ ਖਤਰਾ ਬਣਿਆ ਹੋਇਆ ਨੁਕਸਾਨ ਉਹਨਾਂ ਨੂੰ ਪਹੁੰਚਾਇਆ ਜਾ ਸਕਦਾ ਇਸ ਲਈ ਅਸੀਂ ਜਿਹੜੀ ਟ੍ਰੇਨਾਂ ਰੋਕ ਦੇਖੋ ਜਿਹੜੇ ਕੇਂਦਰ ਦੇ ਰੇਲਵੇ ਦੇ ਕਰਮਚਾਰੀ ਨੇ ਉਹ ਸਾਡੇ ਬੱਚੇ ਨੇ ਉਹ ਸਾਡੇ ਕਿਰਤੀਆਂ ਲੋਕਾਂ 'ਚੋਂ ਨੇ ਉਹ ਸਾਡੇ ਗਰੀਬ ਲੋਕਾਂ 'ਚੋਂ ਨੇ ਉਹ ਉੱਥੋਂ ਦੇ ਕਰਮਚਾਰੀ ਨੇ ਉਹਨਾਂ ਨੂੰ ਸਾਡੇ ਤੋਂ ਖਤਰਾ ਕਿਵੇਂ ਹੋ ਸਕਦਾ ਉਹਨਾਂ ਨੂੰ ਕੇਂਦਰ ਦੀ ਹਕੂਮਤ ਤੋਂ ਖਤਰਾ ਹੋ ਸਕਦਾ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਖਤਰਾ ਹੋ ਸਕਦਾ ਉਹ ਸਾਡੇ ਤੋਂ ਖਤਰਾ ਮੰਨਣਗੇ ਕਿਵੇਂ ਕਿਉਂਕਿ ਉਹ ਤਾਂ ਸਾਡੇ ਬੱਚੇ ਨੇ ਅਸੀਂ ਆਪਣੇ ਬੱਚਿਆਂ ਦਾ ਨੁਕਸਾਨ ਕਿਉਂ ਕਰਾਂਗੇ ਰੇਲਵੇ ਹੈ ਕਿਹਦੀ ਇਹ ਰੇਲਵੇ ਗੱਡੀਆਂ ਸਾਡੀਆਂ ਨੇ ਇਹ ਲਾਈਨਾਂ ਸਾਡੀਆਂ ਨੇ ਇਹ ਪਲੇਟਫਾਰਮ ਸਾਡੇ ਨੇ ਇਹ ਰੇਲਵੇ ਸਟੇਸ਼ਨ ਸਾਡੇ ਨੇ ਅਸੀਂ ਇੱਕ ਪੱਤਾ ਵੀ ਨਹੀਂ ਤੋੜਿਆ ਕੋਈ ਕਹਿ ਦੇਵੇ
ਬਿਲਕੁਲ ਦੋ ਟੁੱਕ ਜਵਾਬ ਨਹੀਂ ਖਾਲੀ ਅਸਲ ਚ ਜਿਹੜਾ ਇਹ ਫੈਸਲਾ ਕੀਤਾ ਨਾ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਰੇਲਾਂ ਬੰਦ ਕਰਨ ਦਾ ਇਹ ਬਦਲਾਖੋਰ ਕਾਰਵਾਈ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਤਾਂ ਪੀੜ ਮੰਨੀ ਹੈ ਖੇਤੀ ਕਾਨੂੰਨਾਂ ਦੀ ਜਾਂ ਬਿਜਲੀ ਸੋਧ ਬਿੱਲ ਦੀ ਕੁੱਲ ਪੰਜਾਬੀਆਂ ਨੇ ਇੰਨੀ ਜ਼ਬਰਦਸਤ ਹਮਾਇਤ ਕੀਤੀ ਹੈ ਕੁੱਲ ਕਿਰਤੀ ਲੋਕ ਹੈ ਜਿਹੜੇ ਸਮੇਤ ਸ਼ਹਿਰੀ ਦੁਕਾਨਦਾਰ ਛੋਟੇ ਵਪਾਰੀ ਟਰੱਕਾਂ ਵਾਲੇ ਟੈਕਸੀਆਂ ਵਾਲੇ ਟੋਟਲ ਪੱਲੇਦਾਰ ਪੰਜਾਬ ਬੰਦ 'ਚ ਵੀ ਉਹਨਾਂ ਨੇ ਬਹੁਤ ਜ਼ਬਰਦਸਤ ਅਤੇ ਜਿੱਦਾਂ ਆ ਹੁਣ ਮੋਦੀ ਦੇ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜੇ ਸਾਮਰਾਜੀ ਕੰਪਨੀਆਂ ਦੇ ਦੁਸਹਿਰੇ ਵਾਲੇ ਦਿਨ ਉਸ ਦਿਨ ਵੀ ਜ਼ਬਰਦਸਤ ਹਮਾਇਤ ਹੈ ਜਿਹੜੀ ਇਹ ਜਿਹੜੀ ਹਮਾਇਤ ਮੋਦੀ ਸਰਕਾਰ ਦੇ ਵਿਰੁੱਧ ਭੁਗਤ ਰਹੀ ਹੈ ਪੰਜਾਬ ਨੇ ਪੂਰੇ ਦੇਸ਼ ਨੂੰ ਰਸਤਾ ਵਿਖਾਇਆ ਜਿਹੜੀ ਆ ਦਿੱਲੀ ਮੀਟਿੰਗ ਹੋਈ ਆ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਉਹਦੇ 'ਚ ਸਾਰੀਆਂ ਕਿਸਾਨ ਜਥੇਬੰਦੀਆਂ ਦੂਜੇ ਰਾਜਾਂ ਦੀਆਂ ਇਹ ਬੋਲੀਆਂ ਬਈ ਸਾਨੂੰ ਰਸਤਾ ਵਿਖਾ ਤਾ ਪੰਜਾਬੀਆਂ ਨੇ ਹੁਣ ਅਸੀਂ ਵੀ ਕਾਰਪੋਰੇਟਾਂ ਦੇ ਕਾਰੋਬਾਰ ਰੋਕਾਂਗੇ ਹੁਣ ਅਸੀਂ ਵੀ ਭਾਜਪਾ ਦੇ ਆਗੂਆਂ ਦੇ ਘਰ ਘੇਰਾਂਗੇ ਇਸ ਗੱਲ ਦੀ ਤਕਲੀਫ ਮੰਨੀ ਹੈ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਬੁਖਲਾਟ ਦੇ ਵਿੱਚ ਆ ਕੇ ਬਦਲਾਖੋਰ ਕਾਰਵਾਈ ਕੀਤੀ ਆ ਪੰਜਾਬੀਆਂ ਦੇ ਖਿਲਾਫ਼ ਪੰਜਾਬ ਦੇ ਕਿਰਤੀ ਲੋਕਾਂ ਦੇ ਖਿਲਾਫ਼ ਇਸ ਬਦਲਾਖੋਰ ਕਾਰਵਾਈ ਦਾ ਨਤੀਜਾ ਆਹ ਜਿਹੜੀ ਗੱਲ ਵਾਰ ਵਾਰ ਆ ਰਹੀ ਹੈ ਬਈ ਤੁਸੀਂ ਬਿਲਕੁਲ ਨਹੀਂ ਉੱਠੋਗੇ ਦੋ ਟੱਕ ਤੁਹਾਡਾ ਫੈਸਲਾ ਵੀ ਟਰੈਕ ਨਹੀਂ ਖਾਲੀ ਕਰਾਂਗੇ ਅਸੀਂ ਟਰੈਕ ਰੁਕਿਆ ਹੀ ਕੋਈ ਨਹੀਂ ਸਿਰਫ ਜਿਹੜੀ ਅੰਦਰ ਨੂੰ ਲਾਈਨ ਜਾਂਦੀ ਆ ਮੇਨ ਟਰੈਕ ਤੋਂ ਥਰਮਲਾਂ ਦੀ ਅੰਦਰ ਵੜਦੀ ਆ ਲਾਈਨ ਉਹ ਕਿਸੇ ਦੀ ਕਿਲੋਮੀਟਰ ਲੰਮੀ ਹੈ ਕਿਸੇ ਦੀ ਅੱਧਾ ਕਿਲੋਮੀਟਰ ਲੰਮੀ ਹੈ ਉਹ ਕੋਲੇ ਦੀ ਸਪਲਾਈ ਉਹ ਵੀ ਪ੍ਰਾਈਵੇਟ ਥਰਮਲਾਂ ਦੀ ਤਾਂ ਰੋਕੀ ਆ ਕਿਉਂਕਿ ਉਹ ਕਾਰਪੋਰੇਟ ਘਰਾਣਾ ਦੇ ਵਿਦੰਤਾ ਵਰਗੇ LNT ਵਰਗੇ ਸਾਡੇ ਕਾਰਪੋਰੇਟ ਘਰਾਣਿਆਂ 'ਤੇ ਨਿਸ਼ਾਨਾ ਬਣਾਉਣ ਵਾ ਦੇ ਖਿਲਾਫ਼ ਅਤੇ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਨ ਦੇ ਖਿਲਾਫ਼ ਸਾਮਰਾਜੀ ਕੰਪਨੀਆਂ ਦੇ ਕਾਰੋਬਾਰ ਘੇਰਨ ਦੇ ਖਿਲਾਫ਼ ਇਹ ਬੁਖਲਾਹਟ ਗੁੱਸੇ ਭਰੀ ਬੁਖਲਾਹਟ ਹੈ ਮੋਦੀ ਸਰਕਾਰ ਦੀ ਇਸ ਬੁਖਲਾਹਟ ਦਾ ਜਵਾਬ ਇਹ ਐਜੀਟੇਸ਼ਨ ਜਿਉਂ ਦੀ ਤਿਉਂ ਕਾਇਮ ਰੱਖ ਕੇ ਅਤੇ ਇਹਨੂੰ ਹੋਰ ਤੇਜ਼ ਕਰਕੇ ਜਿਹੜੀ ਹੁਣ ਫੈਸਲਾ ਹੋ ਚੁੱਕਿਆ ਵੀ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇੰਡੀਆ ਸ਼ਬਦ ਗਲਤ ਨਿਕਲ ਗਿਆ ਮੇਰੇ ਕੋਲੋਂ ਕਿਉਂਕਿ ਇੰਡੀਆ ਤਾਂ ਉਹਨਾਂ ਦਾ ਮੋਦੀ ਹੋਣਾ ਦਾ ਕਾਰਪੋਰੇਟ ਘਰਾਣਿਆਂ ਦਾ ਭਾਰਤ ਸਾਡਾ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀ ਲੋਕਾਂ ਦਾ ਤੁਹਾਡਾ ਸਾਰੇ ਜਿੰਨੇ ਤੁਸੀਂ ਕਿਰਤੀ ਲੋਕ ਹੀ ਆ ਤੁਸੀਂ ਵੀ ਮੀਡੀਆ ਵਾਲੇ ਵੀ ਭਾਰਤ ਉਹ ਠਹਿਰ ਜਾਓ ਜੀ ਪਹਿਲਾਂ ਆਹ ਗੱਲ ਪੂਰੀ ਹੋ ਲੈਣ ਦਿਓ ਇਹ ਭਾਰਤ ਦੇ ਵਿੱਚ ਪੂਰੇ 'ਚ ਇਹ ਅੰਦੋਲਨ ਫੈਲ ਗਿਆ ਇਸ ਵੇਲੇ 5 ਤਰੀਕ ਨੂੰ ਦੇਖ ਲੈਣਾ ਤੁਸੀਂ ਵੀ ਕੀ ਬਣਦਾ ਇਸ ਗੱਲ ਦਾ ਜਵਾਬ ਕੀ ਮਿਲਦਾ ਮੋਦੀ ਸਰਕਾਰ ਨੂੰ ਆਹ ਸਾਰੇ ਭਾਰਤ ਦੇ ਕਿਸਾਨਾਂ ਨੇ ਫੈਸਲਾ ਕਰ ਲਿਆ ਵੀ ਪੰਜਾਬ ਦੀ ਨਾਕਾਬੰਦੀ ਦਾ ਜਿਹੜੀ ਬਦਲਾਖੋਰ ਕਾਰਵਾਈ ਨਾਲ ਕੀਤੀ ਹੈ ਰੇਲਾਂ ਨਾ ਭੇਜਣ ਦੀ ਕਾਰਵਾਈ ਇਹਦਾ ਮੂੰਹ ਤੋੜਵਾਂ ਜਵਾਬ 5 ਤਰੀਕ ਨੂੰ ਜਦੋਂ ਚੱਕਾ ਜਾਮ ਕਰਨਾ ਪੂਰੇ ਭਾਰਤ ਦੇ ਵਿੱਚ 4 ਘੰਟੇ ਵਾਸਤੇ ਹਾਈਵੇ ਜਾਮ ਕਰਨੇ ਉਦੋਂ ਵੀ ਦੇਖ ਲਿਓ ਅਤੇ 26-27 ਨੂੰ ਜਦੋਂ ਦਿੱਲੀ ਵੱਲ ਮਾਰਚ ਕਰਨਾ ਉਦੋਂ ਵੀ ਦੇਖ ਲਿਓ ਇਹ ਸਾਰੇ ਦਾ ਜਵਾਬ ਮੂੰਹ ਤੋੜਵਾਂ ਜਵਾਬ ਮੋਦੀ ਨੂੰ ਉਹਦੀ ਭਾਜਪਾ ਪਾਰਟੀ ਨੂੰ ਕਾਰਪੋਰੇਟਾਂ ਨੂੰ ਮੂੰਹ ਤੋੜਵਾਂ ਜਵਾਬ ਪੂਰੇ ਭਾਰਤ ਦੇ ਵਿੱਚੋਂ ਮਿਲੂਗਾ ਅਤੇ ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਇਸ ਵੇਲੇ ਫੈਲ ਗਿਆ ਫੈਲ ਰਿਹਾ ਇਹ ਸਿਆਸੀ ਜੜ੍ਹਾਂ ਭਾਰਤੀ ਜਨਤਾ ਪਾਰਟੀ ਦੀਆਂ ਪੂਰੀ ਤਰ੍ਹਾਂ ਖਤਮ ਕਰਕੇ ਫਿਰ ਇਹਨਾਂ ਨੇ ਕਿਸੇ ਟਿਕਾਣੇ 'ਤੇ ਆਉਣਾ ਉਹਨਾਂ 'ਚ ਹੰਕਾਰ ਦੇ ਵਿੱਚ ਬੋਲ ਰਹੇ ਆ ਮੋਦੀ ਹੋਣੀ ਇਹਨਾਂ ਦਾ ਹੰਕਾਰ ਚੱਕਣਾ ਚੂਰ ਕਰਕੇ ਮਿੱਟੀ 'ਚ ਮਿਲਾਉਣਾ ਕਿਸਾਨ ਲਹਿਰ ਨੇ ਇਹ ਸਾਡਾ ਤਹੱਈਆ ਹੈ ਇਹਨਾਂ ਦੇ ਆਹ ਜਿਹੜੇ ਦਬਾਅ ਪਾਊ ਹੱਥ ਕੰਡੇ ਆ ਵੀ ਦਬਾਅ ਪਾ ਦਿਓ ਪੰਜਾਬ ਸਰਕਾਰ 'ਤੇ ਦਬਾਅ ਪਾ ਦਿਓ ਕਿਸਾਨ ਜਥੇਬੰਦੀਆਂ 'ਤੇ ਵੀ ਪਹਿਲਾਂ ਟਰੈਕ ਖਾਲੀ ਕਰੋ ਜੋ ਟਰੈਕ ਰੁਕਿਆ ਹੀ ਕੋਈ ਨਹੀਂ ਟਰੈਕ ਖਾਲੀ ਕਰਨ ਦਾ ਮਤਲਬ ਕੀ ਹੈ ਸਾਡੀ ਜਥੇਬੰਦੀ ਨੇ ਜਿਹੜਾ ਪੰਜਾਬ ਸਰਕਾਰ